ਕੀ ਸੁਖ ਨਦਰ ਕਰੇ ਜਿਸ ਆਪਣੀ ਕਸਲਾਏ ਸਤਗੁਰ ਸੇਵਾ ਲੱਗਿਆ ਭਵਜਨ ਤਰੇ ਸੰਸਾਰ ਸੇਵਾ ਹੈ ਤਾਂ ਬਹੁਤ ਚੰਗੀ ਪਰ ਜੇ ਸੇਵਾ ਕਰਦੇ ਗੱਲਾਂ ਹੀ ਹੋਰ ਤਰ੍ਹਾਂ ਕਰੀ ਜੇ ਨਿੰਦਿਆ ਚੁਗਲੀਆਂ ਇੱਧਰ ਉੱਧਰ ਦੀਆਂ ਪਰ ਨਿੰਦਾ ਮੁਖ ਤੇ ਨਹੀਂ ਛੁੱਟੀ ਨਿਸ਼ਫਲ ਪਈ ਸਭ ਸੇਵਾ ਕੀਤੀ ਕਤਰੀ ਵੀ ਗਈ ਵਿਚਾਰਾ ਵਾਹ 5-7 ਦਿਨ ਰੁਕਿਆ ਦਰਸ਼ਨ ਮੇਲੇ ਸੰਗਤਾਂ ਦੇ ਕੀਤੇ ਅੱਜ ਸਵੇਰੇ ਹੀ ਆਸਾ ਦੀ ਵਾਰ ਕੀਰਤਨ ਦੀ ਸਮਾਪਤੀ ਹੋਈ ਆ ਮੱਥਾ ਟੇਕੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਗੁਰੂ ਪਿਤਾ ਜੀ ਮੈਂ ਹੁਣ ਜਾਣਾ ਹੈ ਵਾਪਸ ਉਜੈਨ ਨਗਰੀ ਗੁਰੂ ਜੀ ਕਹਿੰਦੇ ਚੰਗਾ ਠੀਕ ਹੈ ਇੱਕ ਤਾਂ ਦਿੱਤਾ ਮਹਾਰਾਜ ਨੇ ਕੜਾ ਸਰਬ ਲੋਇਆ ਕਹਿੰਦੇ ਆ ਲੈ ਜਾ ਪ੍ਰਸ਼ਾਦ ਦਿੱਤਾ ਆ ਲੈ ਜਾ ਕਰ ਲੈ ਜੀ ਉੱਥੇ ਪਿਤਾ ਜੀ ਨੂੰ ਦੇ ਦੀ ਗੁਰੂ ਕੀ ਖੁਸ਼ੀਆਂ ਚੰਗਾ ਫਿਰ ਕਾਕਾ ਜਾਣਾ ਤਾਂ ਜਾਓ ਮੱਥਾ ਟੇਕਿਆ ਚੱਲ ਪਿਆ ਜਿਉਂ ਚੱਲਿਆ ਸਵੇਰੇ ਮਨ 'ਚ ਗਿਣਤੀਆਂ ਗਿਣਦਾ ਰੁਪਈਆ 600 ਮੱਥਾ ਟੇਕਿਆ ਗੁਰੂ ਨੇ ਕੀ ਦਿੱਤਾ ਇੰਨਾ ਕੁ ਕੜਾ ਅਤੇ ਆਹ ਕੜਾ ਲੈ ਆਹ ਦਿੱਤਾ ਲੈ ਅਤੇ ਇਹ ਜਿਹੀਆਂ ਗਿਣਤੀਆਂ ਗਿਣਦਾ ਗਿਣਦਾ ਚਮਕੌਰ ਨਗਰ ਤੋਂ ਅੱਗੇ ਜਿਹਨੂੰ ਅੱਜ ਕੱਲ੍ਹ ਚਮਕੌਰ ਸਾਹਿਬ ਕਹਿੰਦੇ ਨੇ ਸਾਹਿਬ ਦੇ ਚਰਨ ਪਏ ਚਮਕੌਰ ਸਾਹਿਬ ਹੋ ਗਿਆ ਉਹਦੇ ਅਗਲੇ ਬੰਨੇ ਇੱਕ ਮਾਂਜਰੀ ਪਿੰਡ ਹੈ ਧਿਆਨ ਸਿੰਘ ਹਲ ਵਾਹੁੰਦਾ ਸ਼ਾਮ ਦਾ ਵਕਤ ਕਦੀ ਉੱਧਰ ਦੇਖਦਾ ਕਦੀ ਉੱਧਰ ਕੀ ਗੱਲ ਭਾਈ ਰਾਹ ਭੁੱਲ ਗਏ ਨਹੀਂ ਸਿੱਖਾ ਰਾਹ ਤਾਂ ਕੀ ਭੁੱਲਣਾ ਮੈਂ ਬੜੀ ਦੂਰੋਂ ਆਇਆ ਨਾਲ ਦੇ ਵਿੱਚ ਰਹਿਣਾ ਮੈਂ ਕਿਹਾ ਮੈਂ ਚੱਲਦਾ ਰਾਹ ਤਾਂ ਵੇਖਿਆ ਹੀ ਹੈ ਰਾਤ ਦਾ ਸਮੇਂ ਕਿ ਕੋਈ ਨਾ ਸਾਡੇ ਇੱਥੇ ਰੁਕੋ ਗੁਰਮੁਖੋ ਲੰਗਰ ਪਾਣੀ ਛਕੋ ਸਵੇਰੇ ਚਲੇ ਜਾਇਓ ਕਿਹਾ ਰੁਕ ਜਾਂਦਾ ਪਰ ਤੇਰਾ ਚਿਹਰਾ ਉਤਰਿਆ ਹੋਇਆ ਇਹ ਲੱਗਦਾ ਗੱਲ ਹੈ ਆਹੋ ਉੱਥੋਂ ਆਇਆ ਹੀ ਉਹ ਅਨੰਦਪੁਰੋਂ ਕੀ ਉਹ ਅਨੰਦਪੁਰ ਸਾਹਿਬ ਆਹੋ ਉੱਥੋਂ ਆਇਆ ਹੀ ਕੀ ਗੱਲ ਹੈ ਉੱਥੋਂ ਆਏ ਗੁਰੂ ਮਹਾਰਾਜ ਆਹੋ ਗੁਰੂ ਮਹਾਰਾਜ ਕੋਲ ਹੀ ਆਇਆ ਉੱਥੇ 600 ਰੁਪਈਆ ਟੇਕੇ ਮੱਥਾ ਆਹ ਦੇ ਤਾ ਇੱਕ ਲੋਹੇ ਦਾ ਗੋਲ ਜਿਹਾ ਕੜਾ ਇਹਨੂੰ ਕਹਿੰਦੇ ਨੇ ਕਰੇ ਕਿ ਆਹ ਕੜਾ ਪ੍ਰਸ਼ਾਦ ਅਸੀਂ ਉੱਥੇ ਸਾਡੇ ਬਾਬਾ ਬਣਾ ਲੈਂਦੇ ਹੁੰਦੇ ਮੇਰਾ ਪਾਪਾ ਵੀ ਬਣਾ ਲੈਂਦਾ ਹੁੰਦਾ ਉਹਨੇ ਦੇਖਿਆ ਵੀ ਇਹ ਬੇਕਦਰ ਹੈ ਕਿ ਗੱਲ ਸੁਣ ਸਿੱਕਾ ਕੋਈ ਗੱਲ ਨਾ ਇਹੋ ਜਿਹੀ ਕਰੀ ਕਿਉਂਕਿ ਤੈਨੂੰ ਕਦਰ ਨਹੀਂ ਹੈ ਗੁਰੂ ਮਹਾਰਾਜ ਦੀਆਂ ਦਾਤਾਂ ਨੇ ਕਹਿੰਦਾ ਹੋਣੀਆਂ ਨੇ ਮੈਨੂੰ ਤਾਂ ਪਤਾ ਨਹੀਂ ਕਹਿੰਦਾ ਤੂੰ ਚੱਲ ਸਾਡੇ ਨਾਲ ਉੱਥੇ ਜਾ ਕੇ ਉਹਨੂੰ ਬਿਠਾਇਆ ਬਿਠਾਇਆ ਲੰਗਰ ਲੁੰਗਰ ਛਕਾਇਆ ਤੁਸੀਂ ਆਰਾਮ ਕਰੋ ਮੈਂ ਆਉਣਾ ਪਿੰਡ ਵਿੱਚ ਗਿਆ ਥੋੜ੍ਹੀ ਜਿਹੀ ਪੈਲੀ ਰੱਖ ਲਈ ਬਾਕੀ ਗਹਿਣੇ ਪਾ ਦਿੱਤੇ ਸਾਰਾ ਘਰੋਂ ਬੀਬੀ ਸੀ ਕਹਿੰਦੇ ਸੋਨਾ ਕੁਛ ਪਿਆ ਕਹਿੰਦੇ ਹਾਂ ਕੁਛ ਪੈਸੇ ਵੀ ਹੈਗੇ ਸਾਰਾ ਇਕੱਠਾ ਕਰ ਕਰਾ ਕੇ ਰਾਤੋਂ ਰਾਤ 605 ਰੁਪਈਏ ਬਣਾਏ ਸਵੇਰੇ ਇਸ ਵਕਤੇ ਲੰਗਰ ਛਕਾਇਆ ਕਹਿਣ ਲੱਗੇ ਲੈ ਵੀ ਸਿੱਕਾ ਆ ਕੜਾ ਦੇ ਦੇ ਅਤੇ 605 ਰੁਪਈਏ ਲੈ ਲੈ ਕਿਉਂਕਿ 600 ਨੂੰ ਉੱਥੇ ਮੱਥਾ ਟੇਕ ਆਏ ਉਹ ਕਹਿੰਦਾ ਬੋਲੀ ਉਹ ਧਿਆਨ ਸਿਆ ਉਹ ਤੂੰ ਅੱਧਾ ਹੀ ਦੇ ਲੈ 300 ਹੀ ਦੇ ਸਿਆਣੇ ਬਜ਼ੁਰਗ ਕਹਿੰਦੇ ਜੇ ਤਨ ਜਾਂਦਾ ਵੇਖੀਏ ਤੇ ਅੱਧਾ ਦਈਏ ਲਟਾ ਪਰ ਇਹਨੂੰ ਇਹ ਨਹੀਂ ਪਤਾ ਵੀ ਇਹ ਗੱਲ ਕਿੱਥੇ ਲਾਉਣੀ ਇਹਨੂੰ ਪਤਾ ਨਹੀਂ ਗੱਲ ਨਾਲ ਗੱਲ ਜੋੜ ਦੇਣ ਅੱਧਾ ਦਈਏ ਲਟਾ ਉਹ ਕਹਿੰਦੀ ਉਹ ਗੱਲਾਂ ਹੋਰ ਨੇ ਤੂੰ 605 ਲੈ ਕੜਾ ਦੇ ਪ੍ਰਸ਼ਾਦ ਲੈ ਜਾ ਪ੍ਰਸ਼ਾਦ ਨਹੀਂ ਮੈਂ ਲੈਂਦਾ ਲੈ ਜਾ ਬੜਾ ਖੋਜ ਲਿਆ ਬਈ
ਗਿਣ ਕੇ 605 ਪਾਏ ਝੋਲੇ 'ਚ, ਕਹਿੰਦੇ ਲੈ ਫੜ ਕੜਾ ਹੈ ਜਿਹਦੇ ਟਕੇ ਦੀਆਂ ਕਿੰਨੇ ਹੀ ਆ ਜਾਂਦੇ ਨੇ, 5-7 ਆ ਜਾਂਦੇ ਸਾਡੇ ਉੱਥੇ। ਕਹਿੰਦੇ ਨਾ ਤੂੰ ਫਿਰ ਉਹੀ ਗੱਲਾਂ ਤੇਰੀਆਂ, ਤੂੰ ਜਾ ਹੁਣ। ਕੜਾ ਉੱਚੇ ਥਾਂ 'ਤੇ ਰੱਖਿਆ, ਸਿੱਖ ਨੇ ਪ੍ਰਸ਼ਾਦ ਬਣਾਇਆ, ਅਰਦਾਸ ਕੀਤੀ, ਹੈ ਸੱਚੇ ਪਾਤਸ਼ਾਹ ਮੈਂ ਮੁੱਲ ਨਹੀਂ ਲਿਆ, ਮੈਂ ਦਰਸ਼ਨੀ ਭੇਟਾ ਦਿੱਤੀ ਹੈ, ਮੈਂ ਮੁੱਲ ਨਹੀਂ ਲਿਆ। ਉਹ ਬਕਦਰਾ ਸੀ ਉਹਦੇ ਕੋਲੋਂ ਮੈਂ ਮਹਾਰਾਜ ਲੈ ਲਿਆ, ਕਿਤੇ ਮੇਰੇ ਤੇ ਨਾ ਕੋਈ ਇਹੋ ਜਿਹੀ ਗੱਲ, ਸੱਚੇ ਪਾਤਸ਼ਾਹ ਕਿਰਪਾ ਹੀ ਰੱਖਿਓ ਮਹਾਰਾਜ, ਇਹਨੇ ਕੜਾ ਲਿਆ ਰੱਖ। ਇਹ ਹੁਣ 605, ਬਾਕੀ 5-7 ਰੁਪਈਏ ਹੋਰ ਰਾਹ ਖਰਚਾ, ਦਿੱਲੀ ਆਇਆ, ਇੱਥੋਂ ਲਏ ਮੋਤੀ, ਉਹ ਬੂੰਦੀ ਜਿੱਥੇ ਰਾਜਿਆਂ ਦੀ ਇਹਨਾਂ ਨੂੰ ਲੋੜ ਹੋਣੀ ਹੈ, ਜਾ ਕੇ ਵੇਚੇ, ਉਹ ਨਫ਼ਾ ਮਿਲ ਗਿਆ ਬੜਾ, 2000 ਮਿਲ ਗਿਆ ਨਫ਼ਾ, ਹੁਣ 2605 ਰੁਪਈਏ ਤਾਂ ਆ ਹੋ ਗਏ। ਘੋੜੇ ਦਾ ਪੈਰ ਨਾ ਪੁੰਜੇ ਲੱਗੇ, ਬਲੇ ਚੰਗਾ ਧਿਆਨ ਸਿੰਘ ਮਿਲਿਆ ਜੀ ਇਹ ਜਿਹਾ ਲੈ। ਜਦੋਂ ਗਿਆ ਘਰ ਹੁਸੈਨ, ਸ਼ਾਮ ਦਾ ਵਕਤ, ਉਸ ਵੇਲੇ ਇਸ ਦੇ ਪਿਤਾ ਜੀ ਰਹਿਰਾਸ ਦਾ ਪਾਠ ਕਰਦੇ ਨੇ, ਗੁਣ ਗਲ ਗਏ ਤੇਰੇ ਜੀ ਨਾਮ ਨੂੰ ਭੁੱਲ ਕੇ, ਗੁਰਾਂ ਨੂੰ ਭੁੱਲ ਕੇ, ਗੁਣ ਗਲ ਗਏ ਤੇਰੇ ਜੀ ਨਾਮ ਨੂੰ ਭੁੱਲ ਕੇ, ਗੁਰਾਂ ਨੂੰ ਭੁੱਲ ਕੇ, ਗਲ ਗਏ ਤੇਰੇ ਗੁਣ ਗਲਿਆ ਨਾ ਹੋ ਜਤੀ ਸਤੀ ਨੀ ਪੜਿਆ, ਮੂਰਖ ਮੁਗਦਾ ਜਨਮ ਪਿਆ, ਪ੍ਰਣਤੂ ਨਾਨਕ ਤਿਨ ਕੀ ਸਰਨਾ ਜੋ ਤੂੰ ਨਾ ਹੀ ਵਿਸਰਿਆ। ਇਹ ਗੁਣ ਵੀ ਗਲ ਜਾਂਦੇ ਹੁੰਦੇ ਨੇ, ਗੁਰੂ ਮਹਾਰਾਜ ਨੂੰ ਭੁੱਲ ਜਾਈ ਰਹਿੰਦਾ ਕੱਖ ਨਹੀਂ, ਭਾਵੇਂ ਕਿੰਨੇ ਗੁਣ ਹੋਣ, ਗੁਣਾਂ ਨੂੰ ਗੁਣਾਂ ਦਾ ਪਾਣੀ ਮਿਲਦਾ ਰਹੇ ਤਾਂ ਇਹ ਰਹਿੰਦੇ ਹੁੰਦੇ ਨੇ। ਸੋ ਪਾਠ ਰਹਿਰਾ ਦਾ ਹੋ ਗਿਆ, ਤੇਰੇ ਵੱਲ ਦੇਖਿਆ, ਇਹਦਾ ਚਿਹਰਾ ਹੋਰ ਤਰ੍ਹਾਂ ਦਾ ਖੇੜਿਆ, ਨਾਂ ਵਾਲਿਆਂ ਦਾ ਹੋਰ ਤਰ੍ਹਾਂ ਹੁੰਦਾ, ਮਾਇਆਧਾਰੀਆਂ ਦਾ ਜਿਹੜਾ ਖੜਾ ਹੁੰਦਾ ਚਿਹਰੇ 'ਤੇ ਉਹ ਹੋਰ ਤਰ੍ਹਾਂ ਦਾ ਹੁੰਦਾ। ਕਿਤੇ ਬੇਟਾ ਆ ਗਿਆ, ਹਾਂ ਪਿਤਾ ਜੀ ਆ ਗਿਆ, ਆ ਗਿਆ, ਇਹ ਗੱਲਾਂ ਹੀ ਹੋਰ ਤਰ੍ਹਾਂ ਦੀਆਂ। ਉਸ ਵੇਲੇ ਫਿਰ ਹੋਰ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ,
ਗੁਰੂ ਪਿਤਾ ਜੀ ਕੁਛ ਸੁਨੇਹਾ ਦਿੰਦੇ ਸੀ, ਕੁਛ ਕਹਿੰਦੇ ਕਹਿੰਦੇ ਸੀ, ਖਰੇ ਸਿਦਕ ਨਹੀਂ ਰਹਿਣਾ ਤੁਹਾਡਾ ਇਹੋ ਜਿਹਾ ਕੁਛ ਕਿਹਾ ਸੀ, ਪਤਾ ਨਹੀਂ ਮੈਨੂੰ ਸਿਦਕ ਉਹ ਕਾਕਾ ਸਿਦਕ ਸਿੱਖੀ ਸਿਦਕ ਉਹ ਤਾਂ ਗੱਲ ਕੋਈ ਹੋਰ ਹੋ ਗਈ ਹੋਣੀ, ਹੋਰ ਕੁਛ ਨਹੀਂ ਹੋਣੀ। ਉਹ ਮੈਂ ਨਾ ਮੱਥਾ ਟੇਕ ਦਿੱਤਾ 600 ਰੁਪਈਆ। ਮੈਂ ਕਿਹਾ ਮਹਾਰਾਜ ਗੁਰੂ ਪਿਤਾ ਜੀ ਆਹ ਪਾ ਦਿਓ ਗੁਰੂ ਕੇ ਲੰਗਰ ਵਿੱਚ, ਹੋਰ ਸੰਗਤਾਂ ਬਥੇਰਾ ਦਾਨ ਕਰਦੀ ਸੀ। ਮੈਂ ਕਿਹਾ ਮੈਂ ਵੀ ਕਰ ਦੇਣਾ, ਤੁਸੀਂ ਦੱਸਿਆ ਹੀ ਸੀ। ਅਤੇ ਉੱਥੇ ਮੈਂ ਰਿਹਾ, ਜਦੋਂ ਆਉਣ ਲੱਗਾ ਤਾਂ ਇੱਕ ਤਾਂ ਮਹਾਰਾਜ ਨੇ ਉਹ ਗੋਲ ਜਿਹਾ ਦਿੱਤਾ, ਉਹਨੂੰ ਕੜਾ ਕਹਿੰਦੇ ਸੀ ਤਾਰ ਜੀ, ਅਤੇ ਇੰਨਾ ਕੁ ਕੜਾਹ ਦੇ ਦਿੱਤਾ ਪ੍ਰਸ਼ਾਦ ਨੂੰ ਕਹੇ, ਅਤੇ ਕਹਿੰਦੇ ਗੁਰੂ ਦੀਆਂ ਖੁਸ਼ੀਆਂ। ਪਿਤਾ ਜੀ ਉਹ ਤਾਂ ਪ੍ਰਸ਼ਾਦ ਆਹ ਲਓ, ਉਹਨੇ ਹੱਥ 'ਚ ਲਿਆ ਧੰਨ ਭਾਗ ਗੁਰੂ ਮਹਾਰਾਜ ਦੇ ਹੱਥਾਂ ਦਾ ਪ੍ਰਸ਼ਾਦ, ਤਾਂ ਖੁਸ਼ੀ ਖੁਸ਼ੀ ਵੰਡਦਾ ਫਿਰੇ, ਕੜੇ ਦੇ ਦਰਸ਼ਨ ਕਰਾ। ਉਹ ਕੜਾ ਇੱਕ ਮਿਲ ਗਿਆ ਸਿੱਧ ਪੱਧਰਾ, ਉਹਦੇ ਧਿਆਨ 'ਚ ਇਹੋ ਜਿਹਾ ਕੁਛ ਨਾਂ ਸੀ ਉਹਦਾ, ਵਾਹਵਾ ਹੀ ਸੀ ਵੀਰਾ ਉੱਥੋਂ। ਤਾਂ ਮੈਂ ਕਿਹਾ ਵੀ ਆਹ ਗੁਰੂ ਨੇ ਦਿੱਤਾ ਇਹ ਕੜਾ, ਥੋੜ੍ਹਾ ਜਿਹਾ ਨਾਲੇ ਦਿੱਤੀ ਆ ਗੋਲ ਤਾਰ, ਉਹਨੂੰ ਕੜਾ ਕਹਿੰਦੇ ਕੁਛ। ਅਤੇ ਉਹਨੇ 605 ਰੁਪਈਏ ਦਿੱਤੇ, ਮੈਂ ਉਹਨੂੰ ਦੇ ਦਿੱਤਾ। ਉਹ ਦੇ ਆਇਆ ਕਹਿੰਦਾ ਆਹੋ, ਬਜ਼ੁਰਗ ਤਾਂ ਰੋਵੇ ਉੱਚੀ ਉੱਚੀ, ਕਹਿੰਦਾ ਕਾਕਾ ਇਹਨੂੰ ਤਾਂ ਜੰਮਦਾ ਮਰ ਜਾਂਦਾ ਚੰਗਾ ਸੀ, ਤੂੰ ਤਾਂ ਛੱਡੇ ਹੀ ਕੱਖ ਨੂੰ। ਗੁਰੂ ਮਹਾਰਾਜ ਨੇ ਤਾਂ ਬਹੁਤ ਕੁਛ ਦਿੱਤਾ, ਉਹ ਤਾਂ ਗੁਰੂ ਮਹਾਰਾਜ ਦੀ ਦਾਤ ਸੀ, ਲੋਕ ਪ੍ਰਲੋਕ ਸੁਹੇਲਾ ਕਰਨ ਵਾਲੀਆਂ ਚੀਜ਼ਾਂ, ਤੂੰ ਕਿਉਂ ਦੇ ਆਇਆ? ਉਹ ਬੁੱਢੜੀਆਂ ਆਪਣੀਆਂ ਹੀ ਮਾਰੀ ਜਾਂਦੇ, ਜਿਹੜਾ ਕੰਮ ਪੈਸੇ ਨਾ ਹੋਵੇ ਉੱਥੇ ਬਚਣਾ ਨਾ ਹੁੰਦਾ, ਉਹ ਉਤਾਰਨੇ ਕੀ ਕਰਨਾ। ਦਿੱਲੀ ਉਹ ਖਰੀਦੇ ਮੋਤੀ, ਉਹ ਜਿਹੜਾ ਰਾਜਾ ਹੀ ਉੱਥੇ ਰਾਜ, ਉੱਥੇ ਦਿੱਤੇ ਹੀ ਵੇਚ, 2000 ਰੁਪਈਆ ਨਫਾ, ਆਲਾ ਫਿਰ 600 2605 ਰੁਪਈਏ ਆਪਣੇ ਕੋਲ। ਮੈਂ ਭਾਵੇਂ ਕਿੰਨੀ ਜ਼ਮੀਨ ਖਰੀਦ ਲੈ, ਘੋੜੀਆਂ ਖਰੀਦ ਲੈ, ਕੁਛ ਕੋਠੇ ਖਰੀਦ ਲੈ, ਜਿਹੜਾ ਕੰਮ ਪੈਸੇ ਨਾ ਹੋਣਾ ਉੱਥੇ, ਉਹ ਗੋਲ ਜੀ ਤਾਰਨੇ ਕੀ ਕਰਨਾ? ਕਹਿੰਦੇ ਤੈਨੂੰ ਕੱਖ ਨਹੀਂ ਪਤਾ, ਪਤਾ ਹੀ ਕੱਖ ਨਹੀਂ। ਕਹਿੰਦਾ ਨਹੀਂ ਪਤਾ ਤੇ ਨਾ ਸਹੀ, ਫਿਰ ਤੂੰ ਆਪਣੇ ਲੈ ਲੈ। ਕਹਿੰਦੇ ਨਾ ਸਾਰੀ ਰੱਖ ਤੂੰ, ਬਸ ਤੇਰੀ ਮੇਰੀ ਸਤਿ ਸ਼੍ਰੀ ਅਕਾਲ ਫਤਿਹ, ਬਸ ਮੇਰੀ ਤੇਰੀ ਅੱਜ ਤੋਂ ਮੁੱਕੀ ਬਿਲਕੁਲ, ਆਪਾਂ ਇਹ ਤੈਨੂੰ ਪਤਾ ਹੀ ਨਹੀਂ, ਉਹ ਰੋਵੇ ਚੁੱਪ ਕਰਾਏ, ਆ ਬੁੜਿਆ ਤੈਨੂੰ ਪਤਾ ਹੀ ਨਹੀਂ, ਪੈਸੇ ਪੈਸੇ ਹੀ ਹੁੰਦੇ ਨੇ। ਕਹਿੰਦੇ ਨਾ ਪੈਸੇ ਕੱਖ ਨਹੀਂ ਸਵਾਰਦੇ, ਪਰ ਤੈਨੂੰ ਮੈਂ ਕੋਈ ਸਾਖੀ ਸੁਣਾਵਾਂ, ਪਰ ਜੇ ਤੇਰੀ ਅਕਲ ਕੰਮ ਕਰੇ, ਤੈਨੂੰ ਇੰਨਾ ਸਮਝਾਇਆ, ਉਹ ਇਕੱਲਾ ਜਾਈ, ਹੋਏ ਵਾਸ਼ਨਾ ਨਾ ਖੜੀ, ਹੋਏ ਲੋਭੀਆ ਨਾ ਜਾਈ, ਹੋਏ ਉੱਥੇ ਇਸ ਤਰ੍ਹਾਂ ਨਾ ਕਰੀ, ਹੋਏ ਇਸ ਤਰ੍ਹਾਂ ਨਾ ਕਰੀਏ, ਤੇਰੀ ਅਕਲ ਮਾਰੀ ਗਈ, ਬਹੁਤ ਮਾੜੀ ਗੱਲ ਕੀਤੀ, ਹੁਣ ਪਰਾਂ ਚਲਾ ਗਿਆ, ਆਪਣੇ ਘਰ ਨੂੰ ਵੀ ਰੋਂਦਾ ਤੇ ਰਹੋ, ਆਪਾਂ ਨੂੰ ਕੀ। ਇੱਕ ਵਾਰੀ ਇੱਕ ਗੰਗੇ ਨਾਮ ਕਰਕੇ ਗੁਰੂ ਅਮਰਦਾਸ ਮਹਾਰਾਜ ਕੋਲ ਆਇਆ, ਸੱਚੇ ਪਾਤਸ਼ਾਹ ਗਰੀਬ ਬਣੇ, ਗੁਰੂ ਜੀ ਨੇ ਦਿੱਤੇ 5 ਪੈਸੇ। ਗੁਰੂ ਅਮਰਦਾਸ ਜੀ ਨੇ ਕਹਿੰਦੇ ਗੰਗਿਆ ਆ ਲੈ ਲੈ 5 ਪੈਸੇ, ਦਿੱਲੀ ਚਲਾ ਜਾ, ਉੱਥੇ ਜਾ ਕੇ ਬਈ ਕੋਈ ਆਪਣਾ ਕਾਰੋਬਾਰ ਖੋਲ੍ਹ ਲੈ। 1 ਪੈਸੇ ਦੀ ਕਲਮ ਦਵਾਤ ਲਈ, 2 ਪੈਸੇ ਦੀਆਂ ਵਹੀਆਂ ਲੈ ਲਈਆਂ, ਸਫ਼ਾ ਲੈ ਲਈਆਂ 2 ਪੈਸੇ ਦੀਆਂ, ਸਸਤਾ ਹੀ ਹੁੰਦਾ ਸੀ, ਹੁੰਡੀਆਂ ਭਰਦਾ, ਕੰਮ ਸ਼ੁਰੂ ਹੋ ਗਿਆ ਹੌਲੀ ਹੌਲੀ, ਅੱਜ ਹੋਰ ਕੱਲ ਹੋਰ, ਅੱਜ ਹੋਰ ਬਣ ਗਿਆ 2,00,000 ਰੁਪਈਆ ਇਹਦੇ ਕੋਲ। ਲੰਘੇ ਸ਼ਾਹ ਇਸ ਮਾਇਆ ਕੇ 3 ਨਾਮ, ਪਰਸੂ ਪਰਸਾ ਪਰਸਰਾਮ। ਆ ਗੰਗੇ ਸ਼ਾਹ ਦਿੱਲੀ 'ਚ ਮਸ਼ਹੂਰ, ਦਿੱਲੀ ਇੱਕ ਪੰਡਿਤ ਉਹਦੀ ਲੜਕੀ ਦਾ ਵਿਆਹ, ਕਿਸੇ ਨੇ ਕਿਹਾ ਵੀ ਗੁਰੂ ਮਹਾਰਾਜ ਕੋਲ ਜਾ, ਸੋ ਸੇਵਾ ਤੇਰੀ ਹੋ ਜਾਏਗੀ ਵਧੀਆ। ਵਿਚਾਰਾ ਗੋਇੰਦਵਾਲ ਸਾਹਿਬ ਗਿਆ, ਅਰਜ਼ ਕੀਤੀ ਗਰੀਬ ਨਵਾਜ ਸੱਚੇ ਪਾਤਸ਼ਾਹ, ਮੈਂ ਦਿੱਲੀ ਤੋਂ ਆਇਆ ਮਹਾਰਾਜ, ਇਹ ਦੱਸੋ। ਗਰੀਬ ਨਵਾਜ ਜੀ 20 ਰੁਪਈਏ ਮਿਲ ਜਾਣ
ਅਤੇ ਆਪਣੇ ਗਰੀਬ ਆਦਮੀ ਹੈ ਜੀ, ਅਤੇ ਲੜਕੀ ਦਾ ਵਿਆਹ ਕਰਨਾ, ਚਲੋ ਚੌ ਪਾਈਆਂ ਦੇ ਹੱਥ ਸੁੱਚੇ ਕਰਾ ਦਾਂਗੇ, ਲੰਗਰ ਛਕਾ ਦਾਂਗੇ। ਗੁਰੂ ਜੀ ਕਹਿੰਦੇ ਕੋਈ ਨਹੀਂ, 30 ਮਿਲ ਲੈਣਗੇ, 20 ਦੀ ਕਿਹੜੀ ਗੱਲ, ਹੋਰ ਨਹੀਂ, ਬਸ ਇੰਨਾ ਹੀ ਮਾਰਨਾ ਚਾਹੀਦਾ। ਗੁਰੂ ਸਾਹਿਬ ਨੇ ਚਿੱਠੀ ਲਿਖੀ, ਨਾਲੇ ਦਸਖਤ ਕੀਤੇ। ਗੁਰੂ ਅਮਰਦਾਸ ਜੀ ਨੇ ਚਿੱਠੀ ਵਿੱਚ ਲਿਖਿਆ ਹੋਇਆ, ਗੰਗੇ ਸ਼ਾਹ ਗੁਰੂ ਕੇ ਖਾਤੇ ਵਿੱਚੋਂ ਪੰਡਿਤ ਜੀ ਨੂੰ 30 ਰੁਪਈਏ ਦੇ ਦੇਣੇ। ਹੁਣ ਪੰਡਿਤ ਵਿਚਾਰਾ ਮੰਜਲਾ ਮਾਰਦਾ ਦਿੱਲੀ, ਗੰਗੇ ਸ਼ਾਹ ਮਸ਼ਹੂਰ ਸਾਰੇ ਦਿੱਲੀ 'ਚ, ਕਹਿੰਦੇ ਵੀ ਆਹ ਲੈ ਫੜ ਚਿੱਠੀ। ਅਤੇ ਮਹਾਰਾਜ ਨੇ ਕਿਹਾ ਵੀ ਗੁਰੂ ਕੇ ਖਾਤੇ ਵਿੱਚੋਂ ਇਹਦੀ ਨਿਜਤ ਫਿਰ ਗਈ, ਇਹਨੇ ਕਿ ਉਹ ਪੈਸੇ ਸੋਚਿਆ ਵੀ ਅੱਜ ਆ ਗਈ 30 ਦੀ ਚਿੱਠੀ, ਕੱਲ੍ਹ ਇੱਕ ਸਿਫਰ ਹੋਰ ਪਾ ਕੇ 300 ਦੀ ਆ ਜੂ, ਫਿਰ 3000 ਦੀ ਆ ਜੂ, ਅਤੇ ਮਿਹਨਤ ਤਾਂ ਕੀਤੀ ਮੈਂ, ਹੈਂ ਭੁੱਲ ਗਈਆਂ ਗੱਲਾਂ ਸਾਰੀਆਂ, ਮੈਂ ਮਿਹਨਤ ਕੀਤੀ, ਮੈਂ ਬੜੇ ਮਨੀਮ ਰੱਖੇ 15-16, ਵੈਸੇ ਅਰਬੀ ਭਾਸ਼ਾ ਵਿੱਚ ਮਨੀਬ ਕਹਿੰਦੇ ਨੇ, ਆਮ ਮਨੀਮ ਹੀ ਕਹਿ ਛੱਡਦੇ ਨੇ, ਉਹ ਵਹੀਆਂ ਲਾਈਆਂ ਬੜਾ ਲੰਮਾ ਚੌੜਾ। ਕਹਿੰਦਾ ਵੇਖੋ ਭਲਾ ਕਿਤੇ ਗੁਰੂ ਅਮਰਦਾਸ ਜੀ ਦਾ ਸੱਚੇ ਪਾਤਸ਼ਾਹ ਦਾ ਖਾਤਾ ਹੈ, ਕਿਤੇ ਪੈਸੇ ਜਮ੍ਹਾਂ ਹੈਗੇ ਇੱਥੇ। ਉਹ ਇੱਧਰ ਪੰਨੇ ਇੱਧਰ ਪੰਨੇ, ਕਹਿੰਦੇ ਸ਼ਾਹ ਜੀ ਗੁਰੂ ਅਮਰਦਾਸ ਜੀ ਦਾ ਨਾ ਤਾਂ ਕਿਤੇ ਨਾਂ ਹੈ, ਨਾ ਕੋਈ ਪੈਸਾ ਜਮ੍ਹਾਂ ਹੈ, ਜਿਹਨਾਂ ਨੇ ਤਾਂ ਸਾਧ ਸੰਗਤ ਦੇਣੇ ਹੋਣ ਨਾ, ਆੜਤੀਆਂ ਉੜਤੀਆਂ ਨੇ। ਮੈਂ ਕਹਾਉਂਦਾ ਜਾਂਦਾ ਰਿਹਾ, ਸਾਡੇ ਉੱਥੇ ਹੁੰਦੇ ਹਰਬੰਸ ਲਾਲ, ਉਹਨਾਂ ਉਹ ਕਹਿਣਾ ਉਹਨੂੰ ਮਨੀਮ, ਆਹ ਨਾਂ ਪਾ ਦੇ 2000, ਆਹ ਨਾਂ ਪਾ ਦੇ 6000, ਚੁੱਪ ਕਰਕੇ ਫੜਾ ਦੇਣਾ। ਅਤੇ ਜਿਹਨੂੰ ਨਾਂ ਦੇਣੇ ਹੋਣ, ਆਹ ਵੇਖੀ ਗੱਲੇ 'ਚ ਪੈਸੇ ਹੈ, ਉਹ ਵਿੱਚੋਂ ਦਾ ਕੋਲਰ ਵੇਖੀ ਹੈ, ਉਹ ਹੋਣੇ ਹੀ ਕਿੱਥੇ ਨੇ, ਨਹੀਂ ਹੈ ਜੀ, ਬਸ ਜਾਓ। ਹੁਣ ਇੱਧਰ 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 ਪਲਟ ਛੱਟ ਵਾਹ ਘੰਟਾ ਲਾਇਆ, ਸਾਰੇ ਇੱਕ ਜ਼ਬਾਨ 'ਚ ਬੋਲੇ 16 ਦੇ 16, ਜੀ ਗੁਰੂ ਅਮਰਦਾਸ ਜੀ ਦਾ ਤਾਂ ਨਾਂ ਨਹੀਂ ਹੈ, ਨਾ ਕੋਈ ਪੈਸਾ ਜਮ੍ਹਾਂ। ਪੰਡਿਤ ਜੀ 30 ਰੁਪਈਏ ਤਾਂ ਗੱਲ ਕੁਛ ਨਹੀਂ, ਅਸੀਂ 50 ਜੇ ਨੂੰ ਤਿਆਰ, ਗੱਲ ਇਹ ਹੈ ਵੀ ਗੁਰੂ ਮਹਾਰਾਜ ਦਾ ਖਾਤਾ ਹੀ ਹੈ ਨਹੀਂ ਇੱਥੇ, ਬਸ ਨਾ ਹੀ ਨਹੀਂ ਕਿਸੇ ਵਹੀ ਵਿੱਚ। ਹੁਣ ਪੰਡਿਤ ਵਿਚਾਰਾ ਚਿੱਠੀ ਫੜੀ, ਦਿਨ ਰਾਤ ਮੰਜਲਾ ਮਾਰਦਾ, ਫੇਰ ਗੋਂਦਵਾਲ ਸਾਹਿਬ ਮਹਾਰਾਜ ਕਿ ਪੰਡਿਤ ਜੀ ਵਿਆਹ ਫਿਰ ਪੁੱਤਰੀ ਦਾ ਹੋ ਗਿਆ, ਨਹੀਂ ਗਰੀਬ ਨੂੰ ਆ ਜੀ, ਕੀ ਗੱਲ ਮਹਾਰਾਜ ਜੀ? ਆ ਚਿੱਠੀ ਹੈ ਉਹ ਸਾਰਾ, ਉਹ ਤਾਂ ਪੈਰ ਪੱਕਾ ਲੱਗੇ ਰਹੇ ਜੀ, ਉੱਥੇ ਤਾਂ ਕਹਿੰਦੇ ਗੁਰੂ ਅਮਰਦਾਸ ਜੀ ਦਾ ਨਾਂ ਹੀ ਹੈ ਨਹੀਂ, ਖਾਤਾ ਹੀ ਹੈ ਨਹੀਂ ਗੁਰੂ ਘਰ ਦਾ। ਕਹਿੰਦੇ ਚਲੋ ਜਿੱਥੇ ਗੁਰੂ ਘਰ ਦਾ ਖਾਤਾ ਨਹੀਂ, ਉੱਥੇ ਕੱਖ ਵੀ ਨਹੀਂ। ਹੁਣ ਲੱਗਾ ਕਾਟਾ ਪੈਣ ਗੰਗੇ ਨੂੰ, ਬਥੇਰਾ ਹੱਥ ਪੈਰ ਮਾਰੇ ਇੱਧਰ ਉੱਧਰ, ਬਸ ਮਹੀਨੇ ਲੱਗੇ 6, ਇੰਨਾ ਕਰਜ਼ਾ ਚੜ ਗਿਆ, ਜਿੱਧਰ ਬੜੀ ਕੋਸ਼ਿਸ਼ ਕਰੇ ਨੌਕਰ ਚਾਕਰ ਹਟ ਗਏ, ਪੈਰੋਂ ਵੀ ਨੰਗਾ ਸਿਰੋਂ ਵੀ ਨੰਗਾ, ਰਾਤ ਭੱਜਿਆ ਦਿੱਲੀਓਂ ਵੀ ਕਰਜ਼ੇ ਵਾਲੇ ਫੜ ਨਾ ਲੈਣ, ਇਉਂ ਦੱਸਿਆ। ਕਾਟਾ ਪੈ ਗਿਆ ਵਪਾਰੀਆ ਤੈਨੂੰ, ਲੱਖਾਂ ਤੇ ਕਰੋੜਾਂ ਦਾ ਪੈ ਗਿਆ ਵਪਾਰੀਆ ਤੈਨੂੰ, ਲੱਖਾਂ ਤੇ ਕਰੋੜਾਂ ਦਾ ਪੈ ਗਿਆ ਵਪਾਰੀਆ ਤੈਨੂੰ, ਲੱਖਾਂ ਤੇ ਕਰੋੜਾਂ ਦਾ
ਮਹਾਰਾਜ ਕੋਲ ਆਇਆ। ਮਹਾਰਾਜ ਕਹਿੰਦੇ ਲੈ ਪੰਡਿਤ ਜੀ ਲੈ ਜਾਓ 30 ਰੁਪਈਏ। ਪੰਡਿਤ ਜੀ ਨੇ ਆ ਕੇ ਵਿਆਹ ਲੜਕੀ ਦਾ ਕਰ ਲਿਆ। ਹੁਣ ਗੰਗੇ ਸ਼ਾਹ ਸ਼ਰਮਿੰਦਾ ਬੜਾ ਰਿਹਾ, ਕੱਖ ਨਹੀਂ ਕੋਲ। ਗੋਇੰਦਵਾਲ ਸਾਹਿਬ ਮਹਾਰਾਜ ਦੇ ਸਾਹਮਣੇ ਨਹੀਂ ਆ ਰਿਹਾ। ਮੈਂ ਤਾਂ ਕਹਿੰਦਾ ਸਾਂ ਗੁਰੂ ਕਹਿੰਦਾ ਖਾਤਾ ਹੀ ਨਹੀਂ, ਮੈਂ ਜਾਣਦਾ ਹੀ ਨਹੀਂ, ਸੇਵਾ ਵਿੱਚ ਲੱਗਿਆ, ਸੇਵਾ ਹੋ ਰਹੀ ਹੈ, ਬੋਲੀ ਸਾਹਿਬ ਬਣ ਰਹੀ ਹੈ। ਉਸ ਵੇਲੇ ਸਿਰ 'ਤੇ ਟੋਕਰੀ ਚੁੱਕੀ ਇਹਨੇ, ਮਹਾਰਾਜ ਆ ਰਹੇ ਨੇ, ਪਾਸੇ ਰੱਖੀ, ਦੌੜ ਕੇ ਚਰਨਾਂ ਨਾਲ ਲਿਪਟ ਗਿਆ। ਉੱਚੀ ਉੱਚੀ ਰੋਂਦਾ ਤੇ ਇਉਂ ਬੇਨਤੀ ਕਰਦਾ, ਪੁੱਤਰੇ ਮਨ ਦੀ ਭੁੱਖ ਦੇ ਨਾਮ ਸੰਤੋਖੀਆ, ਪੁੱਤਰੇ ਮਨ ਦੀ ਭੁੱਖ ਦੇ ਨਾਮ ਸੰਤੋਖੀਆ, ਕਰਦਾ। ਗੁਰੂ ਮਹਾਰਾਜ ਕਹਿਣ ਲੱਗੇ, ਗੰਗਿਆ ਪੈਸੇ ਚਾਹੀਦੇ ਨੇ, ਪੈਸੇ 10 ਪੈਸੇ ਲੈ ਜਾ। ਗੰਗੇ 5 ਦਿੱਤਾ ਸੀ, ਹੁਣ 10 ਦੇ ਦਿੰਦੇ, ਫਿਰ ਖੋਲ ਲੈ ਉੱਥੇ ਕੰਮ। ਮਹਾਰਾਜ ਗਲਤੀ ਹੋ ਗਈ, ਭੁੱਲ ਗਿਆ, ਪਤਾ ਨਹੀਂ ਮੇਰੀ ਮੱਤ ਨੂੰ ਕੀ ਹੋ ਗਿਆ। ਮੈਂ ਕਿਹਾ ਮੈਂ ਤਾਂ ਮਿਹਨਤ ਨਾਲ ਕਮਾਇਆ ਹੈ, ਗੁਰੂ ਦਾ ਇੱਥੇ ਖਾਤਾ ਹੀ ਨਹੀਂ, ਨਾਂ ਹੀ ਨਹੀਂ। ਸੋ ਮਹਾਰਾਜ ਹੁਣ ਨਾਮ ਦੀ ਬਖਸ਼ਿਸ਼ ਕਰੋ, ਮੈਂ ਰਿਹਾ ਆਇਆ ਸੀ ਕਮਾਈਆਂ ਤੋਂ।
ਗੁਰੂ ਜੀ ਕਹਿੰਦੇ ਚੰਗਾ ਜੇ ਨਾਮ ਲੈਣਾ ਫਿਰ ਸਿੱਖੀ ਪ੍ਰਚਾਰ ਕਰ, ਜਿਹਨੂੰ ਮੰਜੀ ਕਹਿੰਦੇ ਬਖਸ਼ੀ, ਸਿੱਖੀ ਪ੍ਰਚਾਰ ਚਲਾ ਤਾ। ਗੜ ਸ਼ੰਕਰ ਵਿੱਚ ਅੱਜ ਤੱਕ ਇਸ ਦੀ ਯਾਦਗਾਰ ਬਣੀ ਹੋਈ ਹੈ। ਸੋ ਆਪਾਂ ਵਿਚਾਰ ਕਰਦੇ ਸੀ ਉਜੈਨ ਨਗਰੀ ਬਿਸ਼ੰਬਰ ਦਾਸ ਦਾ ਲੜਕਾ ਹਰਗੋਪਾਲ, ਚਾਰ ਸਵੇਰੇ ਘੱਟ ਡੰਗਰ ਮਰ ਗਏ, ਘੋੜੀਆਂ ਮਰ ਗਈਆਂ ਜੀ, ਬਿਮਾਰ, ਪੈਸਾ ਬੜਾ ਲੱਗੇ, ਜ਼ਮੀਨਾਂ ਵਿਕ ਗਈਆਂ, ਕੱਖ ਨਹੀਂ ਰਿਹਾ ਕੋਲ। ਉਸ ਵੇਲੇ ਰੋ ਰੋ ਕੇ ਕਹਿੰਦਾ ਪਿਤਾ ਜੀ ਚਲੋ ਮੇਰੇ ਨਾਲ। ਗੁਰੂ ਮਹਾਰਾਜ ਕੋਲੋਂ ਮਾਫ਼ੀ ਮੰਗ ਕੇ ਆਈਏ, ਕਹਿੰਦੇ ਕਾਕਾ ਦਿੱਲੀ ਹੈਗੀ, ਉੱਥੇ ਜਾ ਖਰੀਦ ਲੈ ਮੋਤੀ ਜਾ ਕੇ। ਉਹ ਬੂੰਦੀ ਦੇ ਰਾਜੇ ਵੀ ਹੈਗੇ, ਉੱਥੇ ਆ ਕੇ ਨਫ਼ਾ ਲੈ ਕੇ ਅਤੇ ਆਪਣਾ ਕੰਮ ਚਲਾ। ਪਿਤਾ ਜੀ ਖਰੇ ਕੀ ਹੋ ਗਿਆ, ਚਾਰ ਸਵੇਰੇ ਘੱਟਾ ਹੀ ਘੱਟਾ, ਰਿਹਾ ਹੀ ਕੱਖ ਨਹੀਂ, ਮੇਰੇ ਨਾਲ ਚਲੋ ਜਿਵੇਂ ਵੀ ਹੈ। ਫਿਰ ਵੀ ਬੱਚਾ ਕਰਕੇ ਕੁਛ ਤਰਸ ਆ ਗਿਆ, ਕਹਿੰਦੇ ਅੱਛਾ ਚੱਲ ਚੱਲਦੇ, ਕਿਉਂਕਿ ਦਸਵੰਧ ਗੁਰੂ ਨਿਮਿਤ ਕੱਢਣਾ। ਜਿਹੜੇ ਖੇਤੀਬਾੜੀ ਵਾਲੇ ਨੇ, ਫਰਜ਼ ਕਰ ਲਓ ਵੀ ਆਪਣੇ 100 ਬੋਰੀ ਕਣਕ ਹੋਈ, ਵਿੱਚੋਂ 1 ਬੋਰੀ ਗੁਰੂ ਨਿਮਿਤ ਦੇਣੀ, ਇਹਨੂੰ ਦਸਵੰਧ ਕਿਹਾ ਜਾਂਦਾ। ਹੋਰ ਵੀ ਨੇ, ਖਾਦਾਂ, ਪਾਣੀ, ਡੀਜ਼ਲ, ਠੇਕਾ, 36 ਗੱਲਾਂ ਨੇ। ਕੋਈ ਦੁਕਾਨਦਾਰ ਹੈ, 90 ਰੁਪਈਏ ਦੀ ਚੀਜ਼ ਲਿਆਂਦੀ, 100 ਦੀ ਵੇਚੀ, 10% ਉਹਨੂੰ ਕਹਿੰਦੇ ਨੇ। ਸੋ 100 ਰੁਪਈਆ ਗਾਹਕ ਨੂੰ ਲਿਆ, ਉਹਦੇ ਵਿੱਚੋਂ 1 ਰੁਪਈਆ ਗੁਰੂ ਨਿਮਿਤ ਕੱਢਣਾ 100 ਚੋਂ, ਉਹਨੂੰ ਦਸਵੰਧ ਕਹਿੰਦੇ ਨੇ। ਉਹ ਦਸਵਾਂ ਹਿੱਸਾ ਨਹੀਂ ਬਣਦਾ, ਮਹਾਂਪੁਰਖ ਦੱਸਦੇ ਹੁੰਦੇ ਮਹਾਰਾਜ ਦਇਆ ਸਿੰਘ ਤੋਂ ਚੱਲੀ ਆ ਰਹੀ ਸੰਸਥਾ ਰਾੜਾ ਸਾਹਿਬ ਦੀ, ਕਿ ਇਸ ਤਰ੍ਹਾਂ ਇਹਨੂੰ ਦਸਵੰਧ ਕਹਿੰਦੇ ਨੇ, ਇਹਨਾਂ ਕੱਢਣਾ ਹੈ ਉਹ ਸੌਖਾ ਹੋ ਜਾਂਦਾ। ਸੋ ਇਸ ਤਰ੍ਹਾਂ ਇਹਨੂੰ ਘਾਟਾ ਪਿਆ ਚਾਰ ਸਵੇਰੇ। ਹੁਣ ਪਿਓ ਪੁੱਤਰ ਮੰਜਲਾ ਮਾਰਦੇ, ਪਹਿਲਾਂ ਤਾਂ ਧਿਆਨ ਸਿੰਘ ਦੇ ਕੋਲ ਆਏ, ਉਹ ਬਜ਼ੁਰਗ ਬਹੁਤ ਰੋਂਦਾ, ਹੱਥ ਜੋੜਦਾ ਕਿ ਧਿਆਨ ਸਿੰਘ ਤੇਰੇ ਮੈਂ ਪੈਰੀ ਹੱਥ ਲਾਉਂਦਾ, ਕੜਾ ਦੇ ਦੇ। ਕਹਿੰਦੇ ਨਾ, ਮੈਂ ਤੇਰੇ ਮੁੰਡੇ ਵਰਗਾ ਥੋੜ੍ਹੀ ਹੈ, ਇਹ ਤਾਂ ਗੱਲਾਂ ਹੀ ਬੜੀਆਂ ਹੋਰ ਤਰ੍ਹਾਂ ਦੀ ਕਰਦਾ ਸੀ, ਗੋਲ ਤਾਰ ਕੜਾ ਐਂ ਜਿਹਾ। ਉਹ ਵੀ ਰੋਈ ਜਾਂਦਾ, ਇਹ ਗੁਰਮੁਖੋ ਮੈਨੂੰ ਨਹੀਂ ਸੀ ਪਤਾ, ਨਾ ਮੈਨੂੰ ਨਹੀਂ ਸੀ ਪਤਾ ਵੀ ਇਹ ਗੁਰੂ ਮਹਾਰਾਜ ਦੀਆਂ ਨਿਸ਼ਾਨੀਆਂ ਨੇ, ਸੁੱਖ ਦੇਣ ਵਾਲੀਆਂ ਨੇ, ਲੋਕ ਪ੍ਰਲੋਕ। ਮੈਂ ਤਾਂ ਐਵੇਂ ਹੀ ਸਮਝਿਆ, ਹੁਣ ਮੈਨੂੰ ਪਤਾ ਲੱਗਾ। ਕਈਆਂ ਨੂੰ ਜਿਵੇਂ ਮੱਛੀ ਹੈ ਨਾ, ਪੱਥਰ ਚੱਟ ਕੇ ਮੁੜਦੀ, ਕਈਆਂ ਨੂੰ ਅਗਲੀ ਉਦੋਂ ਆਉਂਦੀ ਜਦੋਂ ਰਹੇ ਕੱਖ। ਸੋ ਉਹ ਧਿਆਨ ਸਿੰਘ ਕਹਿੰਦਾ ਕੜਾ ਤਾਂ ਨਹੀਂ ਦੇਣਾ, ਹਾਂ ਮੈਂ ਨਾਲ ਚੱਲਦਾ ਤੁਹਾਡੇ, ਮੈਂ ਵੀ ਚੱਲਦਾ ਨਾਲ। ਰਸਤੇ 'ਚ ਗੱਲ ਚੱਲ ਪਈ ਵੀ ਤੁਸੀਂ ਫਿਰ ਕਿਵੇਂ ਪੈਸੇ ਕਰੇ। ਕਹਿੰਦੇ ਬਿਸ਼ੰਬਰ ਦਾਸ, ਉਹ ਜੋ ਪੈਲੀ ਮੈਂ ਪੱਠਿਆਂ ਵਾਸਤੇ ਰੱਖੀ ਸੀ ਨਾ ਕਿੱਲਾ ਸਵਾ, ਤੇਰਾ ਮੁੰਡਾ ਚਲਾ ਗਿਆ, ਮੈਂ ਹੱਲ ਜੋੜਿਆ। ਉਹ ਮਾਇਆ ਸਾਰੇ ਥਾਂ 'ਤੇ ਹੀ ਹੈ, ਮਾਇਆ ਕਿਤੇ ਵੀ ਨਹੀਂ। ਉਹ ਫਿਰ ਉਹ ਮੈਨੂੰ ਉੱਥੋਂ ਇੱਕ ਦੇਗ ਰੁਪਈਆਂ ਦੀ ਨਿਕਲੀ, ਮੈਂ ਉੱਦਣ ਹੀ ਛਡਾ ਲਈ ਸੀ ਪੈਲੀ ਪੁਲੀ ਸਾਰੀ। ਕਹਿੰਦੇ ਵਾਹ ਤੇਰਾ ਤਾਂ ਵਧੀਆ। ਉੱਥੇ ਗਿਆ, ਗੁਰੂ ਕਾ ਦਰਬਾਰ ਸਜਿਆ, ਗੁਰੂ ਮਹਾਰਾਜ ਜੀ, ਧਿਆਨ ਸਿੰਘ ਨੇ ਮੱਥਾ ਟੇਕਿਆ, ਇਹ ਪਿਓ ਪੁੱਤਰ ਹੱਥ ਜੋੜੀ ਖੜੇ ਨੇ। ਜਦੋਂ ਕੁਛ ਪੀੜ ਕਟੀ, ਬਿਸ਼ੰਬਰ ਦਾਸ ਤਾਂ ਲੰਮੇ ਪੈ ਕੇ ਮੱਥਾ ਟੇਕਿਆ ਮਹਾਰਾਜ ਨੂੰ, ਜਿਹਨੂੰ ਡੰਡੋਲ ਕਹਿੰਦੇ ਨੇ, ਹੱਥ ਜੋੜੇ ਹੋਏ ਨੇ ਪਿਓ ਪੁੱਤਰਾਂ ਨੇ। ਬਹੁਤ ਰੋਇਆ ਬਿਸ਼ੰਬਰ ਦਾਸ, ਗਰੀਬ ਨਵਾਜ ਸੱਚੇ ਪਾਤਸ਼ਾਹ, ਇੱਕ ਵਾਰੀ ਆਪਣੀ ਰਸਨਾ ਤੋਂ ਕਹਿ ਦਿਓ ਮਾਫ਼ ਕੀਤਾ, ਬਹੁਤ ਭੁੱਲ ਹੋਈ, ਬੜੀ ਗਲਤੀ ਹੋਈ, ਇਉਂ ਦੱਸਿਆ ਹੈ। ਜਿਉਂ ਪਾਵੇ ਤਿਉਂ ਰੱਖ ਲੈ, ਹਮ ਸ਼ਰ ਪ੍ਰਭ ਆਏ ਰਾਮ, ਹਮ ਬੋਲ ਵਿਗਾੜੇ ਦਿਨ ਰਾਤ, ਆਏ ਰਾਮ।
ਸਮਝਾਏ ਨਾਨਕ ਦਾਸ ਆਪਣੀ ਸ਼ਰਨ ਪ੍ਰਭ ਮੋਹਿ ਕਿਰਪਾ ਧਾਰੇ ਸੇਵਾ ਕਛੁ ਨ ਜਾਣੋ ਨੀਚ ਮੂਰਖਾਰੇ ਮਾਨ ਕਰੂੰ ਤੂੰ ਉਪਰੇ ਮਿਰ ਪ੍ਰੀਤਮ ਪਿਆਰੇ ਹਮੇ ਪਰਾਧਿ ਸਤਪੁਰ ਤੇ ਤੂੰ ਬਖਸ਼ਣ ਹਾਰੇ ਸੰਗਤ ਤਿਆਗ ਭਾਵ ਇਹ ਕਰਮ ਹਮਾਰੇ ਤੁਮ ਦੇਵੋ ਸਭ ਕੁਛ ਦਇਆ ਤਾਰ ਹਮ ਕਿਰਤ ਕਿਨਾਰੇ ਲਾਗ ਪਰੇ ਤੇਰੇ ਦਾਨ ਸਿਉ ਨੈ ਚਿਤਕ ਸਵਾਰੇ ਜਨ ਨਾਨਕ ਸਰਨ ਦਿਆਲ ਗੁਰ ਲਿਓ ਮੁਗਨ ਅਧਾਰੇ ਸਤਿਗੁਰ ਬਖਸ਼ਣ ਦਾ ਬੇਨਤੀਆਂ ਅਰਦਾਸਾਂ ਜੋਗੜੀਆਂ ਰੋ ਰੋ ਕੇ ਮਹਾਰਾਜ ਗੁਰੂ ਪਿਤਾ ਜੀ ਮੈਂ ਬੜਾ ਸਮਝਾਇਆ ਸੀ ਮੇਰੇ ਬੱਚਾ ਮੂਰਖ ਹੀ ਨਿਕਲਿਆ ਬਹੁਤ ਇਹਦੇ ਕੋਲੋਂ ਭੁੱਲ ਹੋਈ ਆਪ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਰਾਹ 'ਚ ਹੀ ਦੇ ਗਿਆ ਧਿਆਨ ਸਿਉਂ ਨਾਲ ਹੈ ਇਹਨੂੰ ਦੇ ਗਿਆ ਸੀ ਕੜਾ ਮਹਾਰਾਜ ਕਹਿੰਦੇ ਧਿਆਨ ਸਿੰਘ ਤੇਰੇ ਕੋਲ ਹੈ ਹਾਂ ਮਹਾਰਾਜ ਮੈਂ ਰੱਖਿਆ ਹੋਇਆ ਕਹਿੰਦੇ ਚੰਗਾ ਰੱਖੀ ਰੱਖ ਸਾਧ ਸਿੰਘ ਉਸ ਕੜੇ ਦੇ ਅੱਜ ਦਰਸ਼ਨ ਕਰਨੇ ਹੋਣ ਕਦੀ ਆਪ ਪੰਜਾਬ ਜਾਓ ਚਮਕੌਰ ਸਾਹਿਬ ਦੇ ਨੇੜੇ ਮਾਂਜਰੀ ਪਿੰਡ ਪੁੱਛ ਕੇ
ਤੇ ਧਿਆਨ ਸਿੰਘ ਦੇ ਕੜੇ ਦੇ ਦਰਸ਼ਨ ਕਰਨੇ ਨੇ ਉਸਦੇ ਘਰ ਚਲੇ ਜਾਣਾ। ਉਹਨਾਂ ਦੀ ਅੰਸਾ ਕੋਲ ਅੱਜ ਵੀ ਸੁੰਦਰ ਵਸਤਰਾਂ ਵਿੱਚ ਲਪੇਟਿਆ ਹੋਇਆ ਧਿਆਨ ਸਿੰਘ ਵਾਲਾ ਕੜਾ ਸੰਗਤਾਂ ਦਰਸ਼ਨ ਕਰਦੀਆਂ ਨੇ। ਵਿਚਾਰ ਹੋ ਰਹੀ ਸੀ, ਉਹ ਜਿਹੜੇ ਦੋਵੇਂ ਜਣੇ ਪਿਓ ਪੁੱਤਰ ਰੋ ਰੋ ਕੇ ਬੇਨਤੀਆਂ ਕਰਦੇ ਨੇ, ਮਹਾਰਾਜ ਬੜੀ ਭੁੱਲੋ, ਬੜੀ ਗਲਤੀ ਹੋਈ। ਗੁਰੂ ਜੀ ਕਹਿਣ ਲੱਗੇ, ਦੇਖ ਬਿਸ਼ੰਬਰਦਾਸ, ਠੀਕ ਹੈ ਤੈਨੂੰ ਮਾਫ ਕਰ ਦਿੰਦੇ। ਬੱਚਾ ਇਹ ਨਿਆਣਾ, ਇਹਨੂੰ ਨਹੀਂ ਸੀ ਪਤਾ ਇਸ ਗੱਲ ਦਾ, ਇਹ ਨਹੀਂ ਜਾਣਦਾ ਇਸ ਗੱਲ ਦਾ, ਨਾਲੇ ਤੂੰ ਸਾਡਾ ਪੁਰਾਣਾ ਸਿੱਖ ਹੈ, ਬਾਕੀ ਜਿਹੜੀ ਗਲਤੀ ਤੂੰ ਕੀਤੀ ਹੈ ਨਾ ਮਾਫ ਕਰਨ ਵਾਲੀ, ਤਾਂ ਤੁਸੀਂ ਕੰਮ ਹੀ ਨਹੀਂ ਕੀਤਾ। ਦੇਖੋ ਕੇਸ, ਕੰਘਾ, ਕਛਹਿਰਾ, ਕਿਰਪਾਨ, ਕੜਾ, ਪੰਜ ਹੁੰਦੀਆਂ, ਅਜੇ ਇੱਕੋ ਦੀ ਬੇਦਬੀ ਕੀਤੀ ਮਾੜੀ ਜੀ, ਦੇਖੋ ਕੀ ਹਾਲ ਹੋਇਆ। ਕੋਈ ਤਾਂ ਸਾਰਾ ਸਾਰਾ ਸਿਰ ਮਨਾਈ ਫਿਰਦੇ ਨੇ, ਕਹਿੰਦੇ ਸਾਨੂੰ ਲੋੜ, ਵਾਹਿਗੁਰੂ ਜਾਣੇ ਇਹਨਾਂ ਲੋਕਾਂ ਕਿਹੜੇ ਨਰਕ 'ਚ ਪੈਣਾ। ਬਿਨ ਕੇਸਾਂ ਸਿਰ ਕੁੱਟੀਆਂ ਚੰਗਿਆਰੇ, ਕੌਣ ਛੁਡਾਏ ਹੈ। ਗੁਰੂ ਜੀ ਕਹਿਣ ਲੱਗੇ, ਬਿਸ਼ੰਬਰਦਾਸ ਤੈਨੂੰ ਪਿਛਲੇ ਜਨਮ ਦਾ ਪਤਾ ਹੈ। ਮਹਾਰਾਜ ਮੇਰੇ ਯਾਦ ਨਹੀਂ ਹੈ। ਕਹਿੰਦੇ ਅੱਛਾ ਫਿਰ ਕਰਾ ਦਿੰਦੇ। ਕੀ ਦਿਖਾਇਆ? ਪਿਛਲੇ ਜਨਮ ਵਿੱਚ ਗੁਰੂ ਨਾਨਕ ਜੀ ਭਾਈ ਨਾਨੂ ਦੇ ਕੋਲ ਆਏ, ਭਾਈ ਬਾਲਾ ਮਰਦਾਨਾ ਨਾਲ ਰਾਤ ਰਹੇ। ਭਾਈ ਨਾਨੂ ਜੀ ਨੇ ਬੜੀ ਸੇਵਾ ਕੀਤੀ। ਜਦੋਂ ਸਵੇਰ ਹੋਇਆ, ਗੁਰੂ ਨਾਨਕ ਜੀ ਕਹਿਣ ਲੱਗੇ, ਭਾਈ ਨਾਨੂ ਅਸੀਂ ਹੁਣ ਜਾਣਾ, ਬਈ ਹੱਥ ਜੋੜਦਾ ਹੈ, ਬੇਨਤੀਆਂ ਕਰਦਾ ਹੈ, ਨੁੱਗਰ ਤੋਂ ਬਾਹਰ ਤੱਕ ਨਾਲ ਗਿਆ। ਮਹਾਰਾਜ ਫਿਰ ਕਦੋਂ ਆਓਗੇ? ਕਹਿੰਦੇ ਨਾ ਫਿਰ ਨਹੀਂ ਬਈ, ਗੁਰਮੁਖਾਂ ਆਇਆ ਜਾਣਾ, ਬੜੀ ਦੁਨੀਆਂ 'ਤੇ ਜਾਣਾ ਅਸੀਂ। ਮਹਾਰਾਜ ਮੈਂ ਤਾਂ ਜੇ ਦਰਸ਼ਨ ਕਰ ਕਰਕੇ ਰੱਜਿਆ ਹੀ ਨਹੀਂ, ਕਿਰਪਾ ਕਰੋ ਕਿਤੇ ਫਿਰ ਦਰਸ਼ਨ ਬਖਸ਼ੋ। ਮਹਾਰਾਜ ਨੂੰ ਮੱਥਾ ਟੇਕਿਆ, ਖੜਾਵਾਂ 'ਤੇ ਮਸਤਕ ਲਾਇਆ ਨਾਨੂ ਜੀ ਨੇ। ਗੁਰੂ ਨਾਨਕ ਜੀ ਕਹਿਣ ਲੱਗੇ, ਇਸ ਤਰ੍ਹਾਂ ਹੈ, ਫਿਰ ਦਰਸ਼ਨ ਦਿਆਂਗੇ ਦਸਵੇਂ ਜਾਮੇ 'ਚ। ਮਹਾਰਾਜ ਨਿਸ਼ਾਨੀ, ਕਹਿੰਦੇ ਤੇਰਾ ਨਾਂ ਹੋਣਾ ਬਿਸ਼ੰਬਰ ਦਾਸ, ਸਾਡਾ ਨਾਂ ਹੋਣਾ ਗੁਰੂ ਗੋਬਿੰਦ ਸਿੰਘ, ਉਦੋਂ ਫਿਰ ਤੈਨੂੰ ਦਰਸ਼ਨ ਦਿਆਂਗੇ। ਫਿਰ ਮਹਾਰਾਜ ਮੈਨੂੰ ਯਾਦ ਕਰਾ ਦਿਓ, ਮੈਨੂੰ ਤਾਂ ਭੁੱਲ ਜਾਣਾ। ਕਹਿੰਦੇ ਹਾਂ ਕਰਾ ਦਾਂਗੇ, ਕੋਈ ਨਹੀਂ। ਜਾਂ ਅੱਖਾਂ ਖੋਲੀਆਂ ਬਿਸ਼ੰਬਰ ਦਾਸ ਨੇ, ਪਹਿਲਾਂ ਤਾਂ ਆਪਣੇ ਆਪ ਨੂੰ ਨਾਨੂ ਸਮਝਦਾ ਸੀ, ਮੈਂ ਉਹੀ ਹਾਂ, ਦੇਖਿਆ ਤਾਂ ਗੁਰੂ ਨਾਨਕ ਦੀ ਜਗ੍ਹਾ ਗੁਰੂ ਗੋਬਿੰਦ ਸਿੰਘ, ਅਤੇ ਆਪ ਇਹ ਉਜੈਨ ਨਗਰੀ ਵੱਲ ਚਰਨਾਂ ਨਾਲ ਲਿਪਟ ਗਿਆ। ਮਹਾਰਾਜ ਦੂਜਾ ਜਨਮ ਹੋ ਗਿਆ ਸੀ, ਗਲਤੀਆਂ ਹੀ ਕਰਦੇ ਤੁਰੇ ਫਿਰਦੇ, ਮਾਫ ਕਰ ਦਿਓ। ਇਸ ਤਰ੍ਹਾਂ ਦੇ ਨਾਲ ਪੜ ਲਓ, ਮੇਰੇ ਦੀਨ ਦੇ ਆਲਾ ਜੀ ਸੁਣ ਲੈ ਬੇਨਤੀਆਂ, ਦੀਨ ਦੇ ਆਲਾ ਜੀ ਸੁਣ ਲੈ ਬੇਨਤੀਆਂ, ਕੀਤੀਆਂ ਹਨ, ਬੇਨਤੀਆਂ ਕੀਤੀਆਂ। ਗੁਰੂ ਮਹਾਰਾਜ ਕਹਿਣ ਲੱਗੇ, ਠੀਕ ਹੈ, ਇਸ ਤਰ੍ਹਾਂ ਹੈ, ਲੈ ਪ੍ਰਸ਼ਾਦ ਲੈ ਲਓ। ਫਿਰ ਪ੍ਰਸ਼ਾਦ ਦਿੱਤਾ, ਹੁਣ ਜਾਓ ਤੁਸੀਂ ਪਿਓ ਪੁੱਤਰ ਘਰ, ਉੱਥੇ ਜਾ ਕੇ ਨਾ ਪ੍ਰਸ਼ਾਦ ਬਣਾਇਓ ਘਰ। ਪ੍ਰਸ਼ਾਦ ਬਣਾ ਕੇ ਲੇਪਾ ਚੁੱਪੀ ਵਧੀਆ ਕਰਕੇ ਫਿਰ ਬਣਾਈਦਾ ਹੁੰਦਾ, ਪਾਠ ਕਰਿਓ ਜਪਜੀ ਸਾਹਿਬ ਦਾ, ਟੰਨ ਸਾਹਿਬ ਦਾ ਪਾਠ ਕਰਿਓ ਕੋਲ, ਫਿਰ ਅਰਦਾਸ ਕਰਿਓ ਉੱਥੇ ਉਜੈਨ ਜਾ ਕੇ। ਸਾਰੇ ਪਰਿਵਾਰ 'ਚ ਵਰਤਾਇਆ, ਪੰਜਾਂ ਸਿੱਖਾਂ ਨੂੰ, ਗੁਰਮੁਖਾਂ ਨੂੰ ਲੰਗਰ ਛਕਾਇਆ। ਹੁੰਦਾ ਹੀ ਹੈ ਕੋਈ ਦੁੱਖ ਮੁਸੀਬਤ ਬਣੇ,
ਪ੍ਰਸ਼ਾਦ ਬਣਾਓ ਗੁਰੂ ਗ੍ਰੰਥ ਸਾਹਿਬ ਜੀ ਨੂੰ, ਅਰਦਾਸ ਕਰੋ ਪੰਜਾਂ ਸਿੰਘਾਂ ਨੂੰ, ਲੰਗਰ ਛਕਾਓ, ਅਰਦਾਸ ਕਰਾਓ ਗੁਰਮਤਿ ਅਨੁਸਾਰ। ਗੁਰੂ ਮਹਾਰਾਜ ਕਿਰਪਾ ਕਰ ਦਿੰਦੇ ਨੇ, ਦੁੱਖ ਸੁੱਖ ਤਾਂ ਬਣਿਆ ਹੀ ਹੈ, ਦੁੱਖ ਸੁੱਖ ਦੋਨੇ ਕੱਪੜੇ ਪੈ ਰਹੇ ਜਾਏ ਮਨੁੱਖ। ਗੁਰੂ ਜੀ ਕਹਿਣ ਲੱਗੇ ਇਸ ਤਰ੍ਹਾਂ ਹੈ, ਇੱਕਦਮ ਤਾਂ ਨਹੀਂ, ਹੌਲੀ ਹੌਲੀ ਤੁਹਾਡਾ ਕਾਰੋਬਾਰ ਵਧੇਗਾ, ਅੱਗੇ ਤੋਂ ਵੀ ਜ਼ਿਆਦਾ ਵੱਧ ਜਾਏਗਾ। ਸੋ ਹੁਣ ਤੁਸੀਂ ਮਹਾਰਾਜ ਦੀਆਂ ਨਿਸ਼ਾਨੀਆਂ ਪਿਆਰ ਨਾਲ ਸੰਭਾਲ ਕੇ ਰੱਖਣੀਆਂ। ਖਿਮਾ ਮੰਗੀ ਵਾਪਸ ਜਾਂਦੇ ਨੇ। ਹੁਣ ਅਸੀਂ ਸਾਧ ਸੰਗਤ ਦੇਖੀਏ ਆਪਣੇ ਵੱਲ, ਕੜੇ 'ਚ ਕੀ ਪਿਆ, ਕੇਸਾਂ 'ਚ ਕੀ ਪਿਆ, ਉਹਨੂੰ ਕਹਿੰਦੇ ਤੇਰੇ ਜੰਮਣ ਹੱਥੋਂ ਕੀ ਤੁੜਿਆ, ਪਹਿਲਾਂ ਇਹ ਦੱਸ ਵੀ ਤੂੰ ਨਾ ਉਹਨੂੰ ਧਰਤੀ 'ਤੇ ਮੁੜੀਆਂ ਕਾਂ, ਐਵੇਂ ਹੀ ਆ ਜਾਂਦਾ। ਆਵਨ ਆਏ ਸ੍ਰਿਸ਼ਟ ਮੈਂ ਬਿਨ ਬੁੱਝੇ ਪਸ ਢੋਰ, ਡੰਗਰ ਹੀ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਸੋ ਇਸ ਤਰ੍ਹਾਂ ਹਾਥੀ ਕੀ ਦਾਂਤ ਕੇ ਖਿਲੌਣੇ ਬਣੇ, ਭਾਂਤ ਭਾਂਤ ਬਾਗ ਨੇ ਕਿ ਖਲ ਤੋਂ ਸੇਵਾ ਮਨ ਪਾਈ ਹੈ, ਮਿਰਗੇ ਕੀ ਖਲ ਕੋ ਓੜਤੇ ਹੈ ਜੋਗੀ ਜਤੀ, ਬੱਕਰੇ ਕੀ ਖਲ ਸਾਥ ਪਾਣੀ ਪਰ ਲਾਈ ਹੈ, ਪਸ਼ੂ ਕੀ ਖਲ ਕਾ ਅਤ ਸੁੰਦਰ ਜੋੜਾ ਬਣੇ, ਗੈਂਡੇ ਕੀ ਖਲ ਰਾਜੇ ਰਾਣੀ ਕੋ ਸਹਾਈ ਹੈ, ਕਹੇ ਕਵੀ ਦਇਆ ਰਾਮ ਰਾਮ ਕੇ ਭਜਨ ਬਿਣ, ਬੰਦੇ ਤੇਰੀ ਖਲ ਕਿਸੇ ਕੰਮ ਵੀ ਨਾ ਆਈ, ਗਿਰਜਾ ਵੀ ਨੀ ਖਾਂਦੀਆਂ ਹੁੰਦੀਆਂ, ਤੇਰਾ ਮਾਸ ਗਿਰਜਾ ਨਾ ਖਾਣਾ, ਪਸ਼ੂਆਂ ਦੇ ਹੱਡ ਵੇਖਦੇ, ਤੇਰਾ ਮਾਸ ਗਿਰਜਾ ਨਾ ਖਾਣਾ, ਪਸ਼ੂਆਂ ਦੇ ਹੱਡ ਵੇਖਦੇ। ਨਰੋ ਮਰੇ ਨਰ ਕਾਮਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰ। ਸੋ ਇਸ ਤਰ੍ਹਾਂ ਸਰੀਰ ਹੈ ਕਿਸ ਕੰਮ ਆਉਣਾ, ਇਹ ਨਾਰਾਇਣੀ ਦੇ ਤਦਈ ਹੈ ਜੇ ਬੰਦਗੀ ਕਰੇ, ਬੰਦੇ ਸੇ ਜੇ ਪਵੇ ਵਿੱਚ ਬੰਦੀ, ਦੇਖਣੇ ਦਿਦਾਰ ਗੁਰੂ ਵਾਲਾ ਬਣੇ, ਅੰਮ੍ਰਿਤ ਛਕੇ ਰਹਿ ਰੱਖੇ, ਭਜਨ ਕਰੇ, ਪਾਠ ਕਰੇ, ਸੇਵਾ ਕਰੇ, ਸਿਮਰਨ ਕਰੇ, ਚੰਗੇ ਕੰਮ ਕਰੇ, ਫਿਰ ਤਾਂ ਇਹਦਾ ਹੈਗਾ ਜਨਮ ਸਫਲ ਆ। ਨਹੀਂ ਮਹਾਰਾਜ ਦੱਸਦੇ ਨੇ, ਦੁਰਲੱਭ ਦੇ ਪਾਈ ਵਣਭਾਗੀ, ਨਾਮ ਨਾ ਜਪੇ ਤਾਂ ਆਤਮਘਾਤੀ। ਆਤਮਘਾਤੀ ਪਤਾ ਕਿਹਨੂੰ ਕਹਿੰਦੇ, ਆਤਮਘਾਤੀ ਜਗਤ ਕਸਾਈ। ਸਾਰੇ ਸੰਸਾਰ ਵਿੱਚ ਵੱਡਾ ਜੇ ਕੋਈ ਕਸਾਈ ਹੈ, ਉਹੀ ਹੈ ਜਿਹੜਾ ਨਾਮ ਨਹੀਂ ਜਪਦਾ।
ਨਾਮ ਜਪੇ ਤਾਂ ਆਤਮ ਘਾਤੀ ਮਰ ਨਾ ਜਾਈ ਜਿਨਾ ਬਿਸਰਤ ਰਾਮ ਨਾਮ ਬਿਹੋ ਜੀਵਨ ਕੌਣ ਕਾਮ ਖਾਤ ਪੀਤ ਖੇਤ ਵਿਸਤਾਰ ਕਵਨ ਅਰਥ ਮ੍ਰਿਤਕ ਸ਼ਿੰਗਾਰ ਜੋ ਨਾ ਸੁਣੇ ਜਸ ਪਰਮਾਨੰਦਾ ਪਸ਼ੂ ਪੰਖੀ ਤ੍ਰਿਗਤ ਜੂਨ ਤੇ ਮੰਦਾ ਲੈ ਸਭ ਤੋਂ ਵੀ ਪੈੜਾ ਦੱਸਿਆ ਕਉ ਨਾਨਕ ਗੁਰਮੰਤਰ ਦ੍ਰਿੜਾਇਆ ਕੇਵਲ ਨਾਮ ਰਿਦ ਮਾਹੇ ਸਮਾਇਆ ਗੁਰ ਸੇਵਾ ਤੇ ਭਗਤ ਕਮਾਈ ਤਾਵੇ ਮਾਨਸ ਦੇਹੀ ਪਾਈ ਇਸ ਕਰਕੇ ਮਿਲਿਆ ਸ੍ਰੀ ਇਸ ਦੇਹੀ ਕਉ ਸਿਮਰਾ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਜਬ ਲਗ ਜਰਾ ਰੋਗ ਨਹੀਂ ਆਇਆ ਜਿੰਨੀ ਦੇਰ ਤੱਕ ਮਰਨ ਦੇ ਕੰਢੇ ਨਹੀਂ ਗਿਆ ਜਬ ਲਗ ਕਾਲ ਰਸੀ ਨਹੀਂ ਕਾਇਆ ਜਬ ਲਗ ਵਿਕਲ ਭਈ ਨੀ ਬਾਨੀ ਭਜ ਲੇ ਰੇ ਮਨ ਸਾਰੰਗ ਪਾਨੀ ਆਵਨਾ ਭਜਸ ਭਜਸ ਕਰ ਕਬ ਪਾਈ ਆਵੇ ਅੰਤ ਨਾ ਭਜਿਆ ਜਾਈ ਜੋ ਕਿਛ ਕਰੋ ਸੋਈ ਅਵਸਾਰ ਫਿਰ ਪਛਤਾਹੋ ਨਾ ਪਵੋ ਪਾਰ ਸੋ ਸੇਵਕ ਜੋ ਲਾਇਆ ਸੇਵ ਤਿਨਹੀ ਪਾਏ ਨਿਰੰਜਨ ਦੇਵ ਗੁਰ ਮਿਲਤਾ ਕੇ ਖੁੱਲੇ ਕਪਾਠ ਆਪਾਂ ਕਹਿੰਦੇ ਨਾ ਕੀ ਲਾਭ ਹੈ ਇਹਦਾ ਜੀ ਨਾਮ ਜਪਣਾ ਸਿਮਰਨ ਕਰਨਾ ਧਿਆਨ ਜੋੜਨਾ ਆਪਾਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਦੋਂ ਬੰਦਗੀ ਕਰਦੇ ਕਰਦੇ ਬੰਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀਜਾ ਤਿਤ ਕਰ ਅੰਤਰ ਚਾਨਣਾ ਕਰ ਭਗਤ ਮਲੀਜਾ ਅਣਹਦ ਵਾਜੇ ਤੁਨ ਵੱਜਦੇ ਗੁਰ ਸ਼ਬਦ ਸੁਣੀਜਾ ਉਹਦਾ ਲਾਭ ਕੀ ਹੈ ਬਹੁਰ ਨਾ ਆਵੇ ਜੋਨੀ ਬਾਟ ਨਾ ਜੰਮਦਾ ਨਾ ਮਰਦਾ ਗੁਰ ਮਿਲਤਾ ਕੇ ਗੁਰ ਸ਼ਬਦ ਨਾਲ ਮਿਲ ਕੇ ਤਾਂ ਕਿ ਖੁੱਲੇ ਕਪਾਟ ਬਹੁਰ ਨਾ ਆਵੇ ਜੋਨੀ ਬਾਟ ਇਹ ਤੇਰੇ ਅਵਸਰ ਇਹ ਤੇਰੀ ਵਾਰ ਘੱਟ ਪੀਤਰ ਤੂੰ ਦੇਖ ਵਿਚਾਰ ਕੈਤ ਕਬੀਰ ਜੀਤ ਕੇ ਹਾਰ ਬਹੁ ਵਿਦ ਕਹਿਓ ਪੁਕਾਰ ਪੁਕਾਰ ਲੈ ਵੀ ਹੁਣ ਤੇਰੇ ਹੱਥ 'ਚ ਹੈ ਹਾਰ ਕੇ ਜਾਣਾ ਹੀ ਕਿ ਜਿੱਤ ਕੇ ਜਾਣਾ ਰਾਮ ਜੀ ਜਿੱਤੇ ਰਾਵਣ ਹਾਰਿਆ ਕੰਸ ਹਾਰਿਆ ਕ੍ਰਿਸ਼ਨ ਜੀ ਜਿੱਤੇ ਕਰਨਾਕਸ਼ ਹਾਰਿਆ ਪ੍ਰਹਲਾਦ ਜਿੱਤਿਆ ਇਹ ਜਨਮ ਪਦਾਰਥ ਜੀਤ ਹੁਣ ਹਾਰਨਾ ਹੈ ਕਿ ਜਿੱਤਣਾ ਕੈਦ ਕਬੀਰ ਜੀਤ ਕੇ ਹਾਰ ਬਹੁ ਵਿਧ ਕੇ ਬੜੇ ਢੰਗਾਂ ਨਾਲ ਸਮਝਾਇਆ ਪਕਾਰ ਪਕਾਰ ਸਿਮਰਤ ਵੇਦ ਪੁਰਾਣ ਪਕਾਰਨ ਪੋਥੀਆਂ ਨਾ ਬਿਨਾਂ ਸਭ ਕੋੜ ਗਾਲੀ ਹੋਸ਼ੀਆਂ ਸੋ ਮਹਾਰਾਜ ਅਨੇਕ ਢੰਗਾਂ ਨਾਲ ਅਨੇਕ ਤਰੀਕਿਆਂ ਨਾਲ ਸਮਝਾਉਣ ਦਾ ਯਤਨ ਕਰਦੇ ਨੇ ਅਜੇ ਵੀ ਸਮਝ ਕੁਛ ਵਿਗੜੇ ਨਹੀਂ ਜੋ ਪ੍ਰਭ ਗੁਣ ਗਾਵੇ ਜਿਹੜੀ ਲੰਘ ਗਈ ਪਿੱਛੇ ਲੰਘ ਗਈ ਜਿਹੜੀ ਬਾਕੀ ਹੈ ਨਾ ਉਹ ਦਿਨ ਦੀ ਨਹੀਂ ਆਈ ਹੈ ਇਹਨੂੰ ਸੰਭਾਲ ਲੈ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ ਜਿੱਥੋਂ ਗਿਰਨਾ ਨਹੀਂ ਹੁੰਦਾ ਸੋ ਇਸ ਕਰਕੇ ਕੇਸ ਜਿਹੜੇ ਨੇ ਗੁਰੂ ਮਹਾਰਾਜ ਦੀ ਮੋਹਰ ਹੈ ਕੜਾ ਹੈ ਕੰਘਾ ਹੈ ਕਛਹਿਰਾ ਹੈ ਢੋ ਸ੍ਰੀ ਸਾਹਿਬ ਹੈ ਕਿਰਪਾਨ ਕਿਰਪਾਨ ਕਹੋ ਸ਼ਮਸ਼ੀਰ ਕਹੋ ਬੜੇ ਨਾਮ ਨੇ ਇਹ ਮਹਾਰਾਜ ਦੀਆਂ ਨਿਸ਼ਾਨੀਆਂ ਨੇ ਨਿਸ਼ਾਨੀਆਂ ਇੱਕ ਨਾ ਦੋ ਮਾਈਆਂ ਹੁੰਦੀਆਂ ਦਰਾਣੀ ਜਠਾਣੀ ਉਹ ਕੁਦਰਤੀ ਇਹੋ ਜਿਹਾ ਹੋਇਆ ਰੱਬ ਨੇ ਦੋਵਾਂ ਨੂੰ ਬੱਚੇ ਇਕੱਠੇ ਹੀ ਦਿੱਤੇ ਮਹੀਨੇ ਦਾ ਉਹਦਾ ਹੀ ਫਰਕ ਹੈ ਬਸ ਉਹ ਜਿਹੜੀ ਹੈ ਛੁੱਟੀ ਉਹਦਾ ਹੈਗਾ ਵੱਡੀ ਦਾ ਕਰ ਗਿਆ ਚੜਾਈ ਕੁਸੇ ਮਹੀਨਿਆਂ ਦਾ ਸੀ ਜਦੋਂ ਸੈਣੀ ਉਮਰ ਹੋਈ 20 ਸਾਲ ਦਾ ਉਸ ਵੇਲੇ ਫਿਰ ਵਿਆਹ ਜਾਣਾ ਸੀ ਬਰਾਤ ਚਲੇ ਗੁਰਦੁਆਰੇ ਚੱਲੀਏ ਵਿਦਿਆ ਕਰੀਏ ਮਾਈਆਂ ਨਹੀਂ ਸੀ ਉਦੋਂ ਜਾਂਦੀਆਂ ਹੁੰਦੀਆਂ ਤਾਂ ਹੁਣੇ ਹੀ ਰਿਵਾਜ਼ ਰੂਜ ਬਣਾ ਲਏ ਲੋਕਾਂ ਨੇ ਅਤੇ
ਉਹ ਕਹਿ ਲੱਗੀ ਬੈਡ ਤੂੰ ਭਾਂਡੇ ਹੀ ਮਾਂਜੀ ਜਾਂਦੀ ਹੈ। ਕਹਿੰਦੇ ਨਾ ਮੈਂ ਹੁਣੇ ਆਈ। ਉਹ ਅੰਦਰ ਗਈ, ਲੱਕੜ ਦੀਆਂ ਆਉਂਦੀਆਂ ਪੇਟੀਆਂ ਵਿੱਚ ਹੱਥ ਮਾਰਿਆ, ਲੈ ਉਹ 19.5 ਸਾਲ 20 ਸਾਲ ਪੁਰਾਣੇ ਕੱਪੜੇ ਵਿੱਚ ਪਏ ਸੀ, ਉਹ ਨਿਕਲ ਆਏ। ਉਹ ਦੇਖੀ ਜਾਵੇ ਹੁੰਦਾ ਉਹਨੂੰ ਐਡਾ ਕੋਣਾ ਸੀ। ਉਸਨੂੰ ਕੱਚੀਆਂ ਤੰਦਾਂ ਵਿੱਚੋਂ ਆਪਣਾ ਪੁੱਤਰ ਨਜ਼ਰ ਆ ਰਿਹਾ, 20 ਸਾਲ ਪੁਰਾਣਾ ਸਿੱਖਾ। ਤੇਰੇ ਕੋਲ ਤਾਂ ਬੜੀਆਂ ਨਿਸ਼ਾਨੀਆਂ ਨੇ ਗੁਰੂ ਮਹਾਰਾਜ ਦੀਆਂ, ਕੜਾ ਦਿਸਦਾ ਤਾਂ ਗੁਰੂ ਗੋਬਿੰਦ ਸਿੰਘ ਯਾਦ ਆਉਂਦਾ, ਕੇਸਾਂ ਕਰਕੇ ਆਉਂਦਾ, ਇੱਕ ਸ਼ਹਿਰ ਹੈ ਕਿਰਪਾਨ ਹੈ ਮਹਾਰਾਜ ਦੇ ਵਸਤਰ ਨੇ, ਤੇਰੇ ਕੋਲ ਤਾਂ ਬੜੀਆਂ ਨਿਸ਼ਾਨੀਆਂ ਨੇ, ਗੁਰਬਾਣੀ ਦਾ ਗੁਰੂ ਰੂਪ ਹੈ ਹੀ ਹੈ, ਸੋ ਤਾਂ ਮਹਾਰਾਜ ਭੁੱਲਣਾ ਹੀ ਨਹੀਂ ਚਾਹੀਦਾ। ਸੋ ਇਸ ਤਰ੍ਹਾਂ ਇੱਕ ਨਹੀਂ ਬੜੀਆਂ ਐਸੀਆਂ ਵਿਚਾਰਾਂ ਨੇ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ, ਸਿੱਖਿਆ ਵੀ ਇਹ ਨਹੀਂ ਵੀ ਐਂ ਹੋਰ ਤਰ੍ਹਾਂ ਦਾ ਬਣ ਬਣ ਕੇ ਆ ਗਿਆ ਨਾ। ਫਰੀਦਾ ਤਿੰਨਾਂ ਮੁੱਖ ਡਰਾਵਣੇ ਜਿਨ੍ਹਾਂ ਵਸਾਰਿਓ ਨਾ, ਇੱਥੇ ਦੁੱਖ ਕਨੇਰਿਆ ਅੱਗੇ ਠੌਰ ਨਾ ਠਾਓ। ਅਤ ਸੁੰਦਰ ਕਲੀਨ ਚਤਰ ਮੁਖੀਆਂ ਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਸੋ ਜਿਹੜਾ ਗੁਰੂ ਮਹਾਰਾਜ ਦੀਆਂ ਨਿਸ਼ਾਨੀਆਂ ਦਾ ਸਤਿਕਾਰ ਕਰਦਾ, ਗੁਰਬਾਣੀ ਦਾ ਸਤਿਕਾਰ ਕਰਦਾ, ਗੁਰੂ ਮਹਾਰਾਜ ਨਾਨਕ ਕੱਚੜਿਆ ਸੰਤੋੜ ਟੋਂਡ ਸੱਜਣ ਸੰਤ ਪੱਕਿਆ, ਓਏ ਜਿਵਿੰਦੇ ਵਿਛੜੇ ਓਏ ਮੋਇਆ ਨਾ ਜਾਈ ਛੋੜ। ਮਰ ਜਾਣ ਤੋਂ ਬਾਅਦ ਵੀ ਗੁਰੂ ਮਹਾਰਾਜ ਸਿੱਖ ਦੀ ਇਹ ਬਾਣੀ ਵਿੱਚ ਦੱਸਿਆ ਮਦਦ ਕਰਦੇ ਨੇ। ਸਤਿਗੁਰ ਮੋਇਆ ਦਾ ਵੀ ਸਾਥ ਨਿਭਾਉਂਦੇ, ਦੁਨੀਆਂ ਛੱਡੇ ਜਿਉਂਦਿਆਂ ਨੂੰ ਜੀ, ਸਤਿਗੁਰ ਮੋਇਆ ਦਾ ਵੀ ਸਾਥ ਨਿਭਾਉਂਦੇ ਨੇ, ਦੁਨੀਆਂ ਛੱਡੇ ਜਿਉਂਦਿਆਂ ਨੂੰ। ਚਰਨੀ ਲੰਗੜਾ ਗੁਰੂ ਘਰ ਵਿੱਚ ਮਰਿਆਦਾ ਹੈ, ਅੰਮ੍ਰਿਤ ਛਕਣਾ, ਅੰਮ੍ਰਿਤ ਪੀਵੇ ਅਮਰ ਸੋਏ, ਸੁਰ ਨਰ ਮੁੰਜਨ ਅੰਮ੍ਰਿਤ ਖੋਏ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਉਹ ਕਿਉਂ ਦੇਵਤੇ ਲੱਭਦੇ ਸੀ ਗੁਰੂ ਨਾਨਕ ਜੀ ਨੂੰ, ਜਿਹਨਾਂ ਜਿਹਨਾਂ ਗੁਰੂ ਤਾਰਿਆ ਵਾਹਿਗੁਰੂ ਗੁਰੂ ਨਾਨਕ ਸਾਹਿਬ, ਉਹਨਾਂ ਦਾ ਬੇੜਾ ਪਾਰ। ਸੋ ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਜਿਹੜੇ ਗੁਰੂ ਵਾਲੇ ਬਣੇ ਨੇ ਬਹੁਤ ਅੱਛਾ, ਜਿਹੜੇ ਇਹਦੇ ਰਹਿ ਗਏ ਨੇ ਉਹ ਵੀ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨੋ, ਮੱਥਾ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਟੇਕੋ, ਬਾਕੀ ਸਭ ਸਾਡੇ ਗੁਰ ਭਾਈ ਨੇ, ਫਤਿਹ ਬੁਲਾਓ ਜੋ ਕੋਈ ਸਤਿ ਸ਼੍ਰੀ ਅਕਾਲ ਕਰ ਦਿੰਦਾ। ਸੋ ਇਸ ਤਰ੍ਹਾਂ ਆਪਾਂ ਆਪਣਾ ਜੀਵਨ ਜਿਹੜਾ ਹੈ ਉਹ ਬਤੀਤ ਕਰਨਾ ਹੈ, ਸੋ ਫਿਰ ਲੋਕ ਵੀ ਸੁਖੀ ਹੁੰਦਾ ਹੈ, ਪਰਲੋਕ ਵੀ ਸੁਖੀ ਹੁੰਦਾ ਹੈ। ਰਹਿਤ ਰੱਖ ਕੇ ਜਨਮ ਸਫਲਾ ਕਰਨ ਵਾਸਤੇ ਸੇਵਾ ਸਿਮਰਨ ਕਰੋ। ਅਗਲੀ ਵਿਚਾਰ ਕੱਲ੍ਹ 2 ਵਜੇ ਆਨੰਦ ਸਾਹਿਬ ਗੁਰੂ ਸਤੋਤਰ ਪੜ੍ਹੋ, ਕੱਲ ਹੋਮ ਹਮਾ ਕੇ ਆਉਣਾ। ਰਾਗ ਰਾਮ ਕਲੀ ਮਹਲਾ ਤੀਜਾ, ਆਨੰਦ ਕੋਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸ਼ਬਦੋ ਤਾਂ ਗਾਓ ਹਰੀ ਕੇਰਾ ਮਨ ਜਿਨੀ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।